सर पीरोसी की तमन्ना अब हमारे ਕਾਲਾ ਕਰ ਰਹੇ ਹਾਂ ਇੱਕ ਸੋਹਣੇ ਜਿਹੇ ਨਾ ਮੁੱਦਾ ਜਿਹੜਾ ਆਪਾਂ ਲੋਕਾਂ ਨੂੰ ਨਿਵੇਦ ਵੀ ਕਰਦੇ ਹਾਂ ਉਹਦੇ ਬਾਰੇ ਜਾਗਰੂਕ ਵੀ ਕਰ ਰਹੇ ਹਾਂ ਤੁਸੀਂ ਗੂਗਲ ਤੇ ਯੂਟਿਊਬ ਤੇ ਸਾਡੇ ਬਾਰੇ ਵੇਖ ਸਕਦੇ ਜੀ ਸੋ ਜਿਹੜਾ ਲੋਕੀ ਵੀ ਚਮਤਕਾਰੀ ਰੁੱਖ ਮੰਨਿਆ ਗਿਆ ਇਹਦੇ ਨਾਲ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਸਾਰੀਆਂ ਠੀਕ ਹੋਈਆਂ ਤੁਸੀਂ ਮੇਰੇ ਤੇ ਨਾ ਯਕੀਨ ਕਰੋ ਤੁਸੀਂ ਗੂਗਲ ਤੇ ਯੂਟਿਊਬ ਤੇ ਸੋਹਣਾ ਜਾਂ ਸਹਿਜਨ ਜਾਂ ਤਰੀਕਾ ਭਰ ਕੇ ਵੇਖ ਲਓ ਕੈਂਸਰ ਤੱਕ ਠੀਕ ਹੁੰਦੀ ਆ ਤੇ ਆਹ ਤੁਹਾਡੇ ਪਿੱਛੇ ਵੀ ਲੱਗਾ ਆ इसे लहर अज ते को आएंगे अपना नौजवान रल मिल के अपने समाज एक वातावरण बचाइए लोगों बीमारियों को बचाइए क्योंकि लोग घर घर बीमार आ जे तंदुरुस्ती आ ਤੁਸੀਂ ਅੱਜ ਸਾਡੇ ਲਾਗੇ ਬੈਠੇ ਜੀ ਸਾਡੀ ਸਪੀਚ ਵੀ ਪੁੱਛ ਲਓ ਜੀ ਇਹ ਟੀਚਰ ਤੇ ਸਟੂਡੈਂਟ ਦਾ ਤੇ ਟੀਚਰ ਇਹ ਸਾਰਿਆਂ ਨਾਲ ਰਲ ਮਿਲ ਕੇ ਸਾਰਿਆਂ ਦਾ ਕੰਸੈਪਟ ਆ ਤੇ ਇਹਨੂੰ ਆਪਾਂ ਰਲ ਮਿਲ ਕੇ ਘਰ ਘਰ ਫੁੱਟਾ ਲਵਾਈਏ ਇੱਕ ਤੇ ਤੁਹਾਨੂੰ ਸ਼ਾਨ ਦਊਗਾ ਇੱਕ ਤੁਹਾਨੂੰ ਆਕਸੀਜਨ ਦਿੰਦਾ ਜਿਹਨੂੰ ਆਦ ਹਰ ਇੱਕ ਬਿਮਾਰੀ ਦੀ ਜੜ ਆਏ ਹਰ ਇੱਕ ਬਿਮਾਰੀ ਖਤਮ ਕਰ ਦਿੰਦਾ ਆ ਤੇ ਤੁਸੀਂ ਇਹਨੂੰ ਘਰ ਘਰ ਲਾਓ ਅੱਜ ਵੇਖੋ ਕਿੰਨੀ ਖੁਸ਼ ਨਸੀਬਾ ਨਹੀਂ ਸਮਝਦਾ ਕਿ ਜਿਹੜੀ ਲਹਿਰ ਉੱਠੀ ਸੀ ਨਾ ਮੇਰੀ ਜਿੱਥੋਂ ਮੈਂ ਨਾਲ ਪ੍ਰਚਾਰ ਕੀਤਾ ਉਹਨੂੰ 25 ਸ਼ਹਿਰ ਤੋਂ ਉੱਠੀ ਹੋਈ 25 ਸ਼ਹਿਰ ਤੋਂ ਮੇਰਾ ਵੇਰਾ ਵਧੀ ਆ ਇੱਥੋਂ ਹੀ ਸ਼ੁਰੂ ਹੋਈ ਤੇ ਅੱਜ ਇੱਥੋਂ ਹੀ ਮੈਂ ਸਟਾਰਟ ਕਰਨਾ ਚਾਹਾਂਗਾ ਆਪਾਂ ਘਰ ਘਰ ਬੁੱਢਾ ਲਵਾਉਣਾ ਤੇ ਅੱਜ ਭਗਤ ਸਿੰਘ ਜੀ ਸੋਚ ਰਹੇ ਨਾ ਕਿ ਨੌਜਵਾਨ ਸਭ ਤੋਂ ਕਰ ਰਹੇ ਤੁਸੀਂ ਵੀ ਨੌਜਵਾਨ ਕਰ ਸਕਦੇ ਜੀ ਆਪਾਂ ਵੀ ਸਾਰੇ ਭਗਤ ਸਿੰਘ ਹੀ ਆ ਉਹਨਾਂ ਦਾ ਮਕਸਦ ਇਹ ਕਿ ਆਪਾਂ ਘਰ ਘਰ ਤੰਦਰੁਸਤੀ ਜਾਂ ਹਰ ਇੱਕ ਨੂੰ ਮਿਲ ਕੇ ਜਾਗਰੂਕ ਕਰਨਾ ਹੈ हर एक नर्सिंग पता मिलता है पता नहीं किन्ने लगे धन्यवाद करता प्रिंसीपल सर का जिन्होंने सानू मौका दिता ਤੇ ਉਦਾਂ ਮੈਂ ਕੱਲਾ ਬੋਲਦਾ ਤੇ ਇਹਨਾਂ ਨੂੰ ਦੱਸ ਦੇਣਾ ਜਾਂ ਡੀਗਾ ਲੱਗਦਾ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਲੋਕਾਂ ਨੇ ਤੁਸੀਂ ਗੂਗਲ ਤੇ ਯੂਟਿਊਬ ਤੇ ਅਸੀਸ ਟੀਮਾਂ ਜਾਂ ਸੁਣਿਆ ਕਰਕੇ ਭਰੇ ਤੁਹਾਨੂੰ ਸਾਰੀ ਮਾਲੂਮ ਮਿਲੂਗੀ ਤੁਹਾਨੂੰ ਹੀ ਬੋਲਦੇ ਆ ਬਾਬਾ ਸੇਵਾ ਸਿੰਘ ਜੀ ਗੁਰੂ ਸਾਹਿਬ ਵਾਲੇ ਉਹਦੇ ਬਾਰੇ ਬੋਲਦੇ ਆ ਮੋਦੀ ਖੁਦ ਇਹਦੇ ਬਾਰੇ ਬੋਲਦੇ ਆ ਇਹ ਕਿਹਨੂੰ ਵਰਤੋ ਜਦੋਂ ਮੈਂ ਚੋ ਇਹਦੇ ਬਾਰੇ ਬੋਲਦੇ ਆ ਇਸ ਬੁੱਢੇ ਨੂੰ ਤੁਸੀਂ ਵਰਤ ਕੇ ਇਹਦੇ ਆਪਣੀਆਂ ਬਿਮਾਰੀਆਂ ਦੂਰ ਕਰ ਸਕਦੇ ਜੀ ਜੇ ਤੰਦਰੁਸਤ ਬੰਦਾ ਖਾਊਗਾ ਕਦੀ ਜ਼ਿੰਦਗੀ ਚ ਬਿਮਾਰ ਨਾ ਹੋਊਗਾ ਤੇ ਅੱਜ ਇੱਕ ਵਾਅਦਾ ਕਰਕੇ ਜਾਇਓ ਅੱਜ ਭਗਤ ਸਿੰਘ ਦਾ ਜਨਮ ਦਿਨ ਤੇ ਆਪਾਂ ਘਰ ਘਰ ਨੂੰ ਬੂਟੇ ਨੂੰ ਲਾਉਣਾ ਆ ਤੇ ਇੱਥੋਂ ਹੀ ਆਪਾਂ ਸ਼ੁਰੂਆਤ ਕਰਨੀ ਆ ਤੇ ਦੋਸਤੋ ਜਿੰਨੇ ਵੀ ਬੂਟੇ ਚਾਹੀਦੇ ਸ਼ਮਸ਼ੀਰ ਵੀਰ ਨਾਲ ਕੰਟੈਕਟ ਕਰ ਲਿਓ ਜਾਂ ਸਰ ਨਾਲ ਕੰਟੈਕਟ ਕਰ ਲਿਓ ਤੁਹਾਨੂੰ ਬੂਟਾ ਮਿਲ ਜੂਗਾ ਤੇ ਇਹਨੂੰ ਘਰ ਘਰ ਜ਼ਰੂਰ ਲਵਾਓ ਤੇ ਬਿਮਾਰੀਆਂ ਤੋਂ ਬਚੋ ਤੇ ਤੰਦਰੁਸਤ ਰਹੋ ਆਪਣੇ ਘਰ ਬਾਰ ਹਰ ਇੱਕ ਨੂੰ ਤੰਦਰੁਸਤ ਕਰੋ ਤੇ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਨਾ ਤੇ ਘਰ ਘਰ ਜ਼ਰੂਰ ਬੂਟੇ ਨੂੰ ਲਵਾਓ ਆਉਣ ਵਾਲੇ ਸਮੇਂ ਦੇ ਜਨਾਬ ਭਗਤ ਸਿੰਘ ਨੂੰ ਯਾਦ ਕਰਦੇ ਨਾ ਤੁਹਾਨੂੰ ਲੋਕ ਯਾਦ ਕਰਿਆ ਕਰਨਗੇ ਤੁਸੀਂ ਇਹ ਬੂਟਾ ਲਵਾਇਆ ਇੱਕ ਪੋਸਟ ਨੂੰ ਪੜਿਓ ਤੁਹਾਨੂੰ ਮਿਲੇ ਵੱਡਾ ਦੇ ਮੇਰੇ ਨਾਰੇ ਨਹੀਂ ਲਾ ਕੇ ਜਾਈ ਜਾਣਾ ਪੰਜ ਲੱਖ ਆਪਾਂ ਬੂਟਾ ਤਿਆਰ ਕੀਤਾ ਸਾਡੇ ਸ਼ਹਿਰ ਚ ਵੀ ਬੜੇ ਬੂਟੇ ਤਿਆਰ ਕੀਤੇ ਆ ਜਿੱਥੋਂ ਕਿਤੋਂ ਵੀ ਤੁਹਾਨੂੰ ਕੋਈ ਚੀਜ਼ ਨਾ ਮਿਲੂਗੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਿੱਥੋਂ ਮਰਜ਼ੀ ਲੈ ਕੇ ਦੇਜੋ ਤੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਆਪਾਂ ਸਾਰੇ ਕਰ ਸਕਦੇ ਯਾਰ ਇਕੱਲਾ ਕੁਛ ਨਹੀਂ ਹੁੰਦਾ ਸਾਥ ਨਾਲ ਹੀ ਸਭ ਕੁਛ ਆ ਜੇ ਅੱਜ ਤੁਸੀਂ ਸਾਰੇ ਸਾਥ ਦੇ ਦਿੰਦੇ ਜੇ ਟੀਚਰਾਂ ਤਨਖਾਹਾਂ ਮਿਲਣੀਆਂ ਜੇ ਤੁਸੀਂ ਲੋਕ ਬਿਮਾਰ ਹੋਏ ਤੇ ਕੁਛ ਨਹੀਂ ਹੋਣਾ ਤੇ ਸਰਕਾਰੀ ਸਕੂਲਾਂ ਨੂੰ ਐਵੇਂ ਨਾ ਸਮਝੋ ਤੇ ਜੇ ਸਾਰਿਆਂ ਨੂੰ ਪੁੱਛ ਕੇ ਵੇਖ ਲਓ ਜਿਹੜੇ ਅੱਜ ਸਰਕਾਰੀ ਸਕੂਲਾਂ 'ਚ ਪੜ੍ਹੇ ਲੱਖ ਲੱਖ ਡੇਢ ਲੱਖ 50,000 ਤਨਖਾਹ ਤੇ ਜਿਹੜੇ ਪ੍ਰਾਈਵੇਟ 'ਚ ਪੜ੍ਹੇ ਉਹ ਪ੍ਰਾਈਵੇਟ 5,000 7,000 ਤੇ ਸਰਕਾਰੀ ਸਕੂਲਾਂ 'ਚ ਬੜਾ ਟੈਲੈਂਟ ਆ ਤੇ ਜੇ ਟੈਲੈਂਟ ਤਾਂ ਹੀ ਹੋਣਾ ਜੇ ਤੰਦਰੁਸਤ ਹੋਣਗੇ ਕਿਉਂਕਿ ਲੋਕੀ ਅੱਜ ਕੱਲ੍ਹ ਡਾਕਟਰਾਂ ਦੇ ਨਾਲ ਰੋਣ ਨਹੀਂ ਰਹੇ ਸ਼ੂਗਰ ਦੀ ਦਵਾਈ ਨਹੀਂ ਮਿਲਦੀ ਹੈ ਸ਼ੂਗਰ ਨੂੰ ਕਾਬੂ ਵੀ ਕੰਟਰੋਲ ਕਰ ਸਕਦੇ ਤੇ ਇਹਨਾਂ ਦੇ ਤੋਂ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
सरदार शमशेर सिंह जी साथी क्लास आशीष सरदार आशीष टीमा जी